ਬਾਕੀ ਮਾਸ਼ਾਅੱਲਾ ਉਸ ਕਮਰੇ ਨਾਲੋਂ ਵੀ ਨਾ ਇਸ ਕਮਰੇ ਦੀ ਜ਼ਿਆਦਾ ਅੱਛੀ ਸੈਟਿੰਗ ਹੋ ਗਈ ਹੈ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਅਸਲਾਮ ਅਲੈਕੁਮ ਜੀ, ਗੁੱਡ ਮਾਰਨਿੰਗ ਜੀ ਆਲ ਸਾਰਿਆਂ ਦੇ। ਸਵੇਰ ਦਾ 9 ਦਾ ਟਾਈਮ ਹੈ ਔਰ ਅਲਹਮਦੁਲਿਲਾ ਜੀ, ਕੱਲ੍ਹ ਤੁਹਾਨੂੰ ਪਤਾ ਹੈ ਕਿ ਉਹ ਫਰਨੀਚਰ ਵਗੈਰਾ ਅਤੇ ਕਲਰ ਵਗੈਰਾ ਹੋ ਗਿਆ ਸੀ, ਮਤਲਬ ਪਾਲਿਸ਼ ਵਗੈਰਾ ਹੋ ਗਿਆ ਸੀ। ਅੱਜ ਉਹਦੀ ਸੈਟਿੰਗ ਵੈਟਿੰਗ ਕਰਨੀ, ਐਡਜਸਟ ਕਰਨਾ ਕਮਰੇ ਦੇ ਅੰਦਰ। ਮੈਂ ਬਾਹਰ ਬੈਠਾ ਹੋਇਆ, ਬੇਗਮ ਸਾਹਿਬ ਅੰਦਰ ਨਾ ਝਾੜੂ ਵਗੈਰਾ ਦੇ ਰਹੀ ਹੈ ਅਤੇ ਕੱਟਾ ਉੱਡ ਰਿਹਾ ਸੀ, ਮੈਂ ਇਸੇ ਕਰਕੇ ਨਾ ਬਾਹਰ ਆ ਕੇ ਬਹਿ ਗਿਆ। ਹਵਾ ਜਿਹੜੀ ਹੈਗੀ ਨਾ ਬਾਹਰ ਚੱਲੀ ਹੋਈ ਹੈ, ਚੈੱਕ ਕਰੋ ਮਾਸ਼ਾਅੱਲਾ, ਕਾਫੀ ਨਾ ਸੁਬਹ ਸੁਬਹ ਤੇ ਠੰਡ ਬਣੀ ਹੋਈ ਆ ਤੇ ਸਰੀਰ ਕਿਸਮ ਦੀ ਗਰਮੀ ਪਈ ਆ। ਅੱਜ ਦੇਖਣੇ ਆ ਮੌਸਮ ਕਿਸ ਤਰ੍ਹਾਂ ਦਾ ਬਣਦਾ ਹੈ। ਮੈਨੂੰ ਇੰਜ ਲੱਗਦਾ ਜਿਵੇਂ ਮਿਸਤਰੀ ਨਾ ਮੇਰੇ ਨਾਲ ਦਾ ਨਾ ਲਾ ਗਿਆ ਹੋਵੇ। ਕੱਲ ਵਾਲਾ ਮਿਸਤਰੀ ਨਹੀਂ, ਕੱਲ ਵਾਲਾ ਤਾਂ ਪਾਲਿਸ਼ ਵਗੈਰਾ ਕਰਕੇ ਚਲਾ ਗਿਆ ਸੀ। ਉਹਨੂੰ ਤਾਂ ਮੈਂ ਕਿਹਾ ਹੋਇਆ ਸੀ, ਇੱਕ ਤਾਂ ਨਾ ਵਿੰਡੋ ਵਾਲਾ ਮਿਸਤਰੀ, ਵਿੰਡੋ ਦੇ ਵਿੱਚ ਨਾ ਟੀਵੀ ਰੱਖਣ ਦੀ ਮਤਲਬ ਕੋਈ ਅਲਮਾਰੀਆਂ ਵਗੈਰਾ ਬਣਾਉਣੀਆਂ ਸੀ ਨਾ, ਤੁਹਾਨੂੰ ਮੈਂ 5000 ਰੁਪਈਆ ਵੀ ਦਿੱਤਾ ਸੀ, ਮੈਨੂੰ ਕਿਹਾ ਬਣਾ ਕੇ ਦੇ ਤੇ। ਲੇਕਿਨ ਉਹ ਹਾਲੇ ਤੱਕ, ਕੱਲ ਪਰਸੋਂ ਦਾ ਆਇਆ ਕੋਈ ਨਹੀਂ, 3 ਦਿਨ ਹੋ ਗਏ ਨੇ ਤੇ ਅੱਜ ਦਾ ਹੁੰਦਾ ਕਾਰਾ ਸੀ ਕਿ ਅੱਜ ਨਾ ਲਾ ਕੇ ਨਾ ਚਲਾ ਜਾਵੇਗਾ, ਲੇਕਿਨ ਹਾਲੇ ਤੱਕ ਉਹ ਆਇਆ ਵੀ ਨਹੀਂ ਹੈ ਤੇ ਨਾ ਹੁੰਦਾ ਜਾ ਕੇ ਦੁਕਾਨ ਤੇ ਜਾ ਕੇ ਪਤਾ ਸੁਰ ਕਰਨੇ ਆ ਕਿ ਉਹ ਪਤਾ ਨਹੀਂ ਕਿੱਥੇ ਗਿਆ। ਫਰਨੀਚਰ ਰਾਤ ਨੂੰ ਇੱਥੇ ਚੱਕ ਕੇ ਰੱਖ ਦਿੱਤਾ ਸੀ। ਹਾਂ, ਕਮੀਜ਼ ਤੇਰੀ ਕਿੱਥੇ ਗੜੂ ਲਾਈ ਫਿਰਨਾ। ਔਰ ਬੇਗਮ ਸਾਹਿਬਾ ਨਾ ਝਾੜੂ ਵਗੈਰਾ ਦੇ ਲੈਂਦੀ ਆ। ਇਹ ਵਾਲੀ ਵਿੰਡੋ ਦਾ ਜਿਹੜਾ ਹੈਗਾ ਨਾ ਜਾ ਕੇ ਪਤਾ ਕਰਨਾ। ਉਹ ਤੇ ਮਿਸਤਰੀ ਨੂੰ ਆਪਾਂ ਪੈਸੇ ਦਿੱਤੇ ਤੇ ਮਿਸਤਰੀ ਹਟ ਕੇ ਆਇਆ ਹੀ ਕੋਈ ਨਾ, ਵਿੰਡੋ ਦੀ ਸੋਰ ਕੀਤਾ, ਕੁਛ ਵੀ ਨਹੀਂ ਕੀਤਾ। ਅੱਜ ਦਾ ਹੁੰਦਾ ਕਾਰਾ ਸੀ ਕਿ ਅੱਜ ਲਾ ਕੇ ਚਲਾ ਜਾਵੇਗਾ, ਲੇਕਿਨ ਹਟ ਕੇ ਵਾਪਸੀ ਤੇ ਆ ਕੇ ਨਾ ਉਹਨੇ ਕੋਈ ਮੇਚਾ ਲਿਆ, ਕੁਛ ਵੀ ਨਹੀਂ ਲਿਆ। ਅੱਜ ਹੁੰਦਾ ਜਾ ਕੇ ਨਾ ਦੁਕਾਨ ਤੇ ਪਤਾ ਕਰਨੇ ਆ ਕਿ ਉਹ ਕੀ ਕਰਦਾ ਪਿਆ, ਪਤਾ ਨਹੀਂ ਇਹਦਾ ਬਣਾਇਆ ਵੀ ਹੈ ਕਿ ਨਹੀਂ ਹੈ, ਕਿ ਪਤਾ ਨਹੀਂ ਕੋਈ ਕਹਾਣੀ ਨਾ ਸੁਣਾ ਦੇਵੇ ਕਿ ਉਹ ਨਾ ਹੋਵੇ ਕਿ ਮੈਂ ਉਹਨੂੰ ਲੱਭਦਾ ਫੇਰਾਂ ਪਿੱਛੇ। ਵਿੰਡੋ ਲੱਗ ਜਾਂਦੀ ਨਾ ਤੇ ਫਿਰ ਆਸਾਨੀ ਨਾਲ ਸਮਾਨ ਵਗੈਰਾ ਅੰਦਰ ਜੁੜ ਜਾਂਦਾ ਨਾ, ਤੇ ਗੱਟਾ ਮਿੱਟੀ ਇਧਰੋਂ ਅੰਦਰ ਨਹੀਂ ਜਾਣਾ ਸੀ ਬਿਲਕੁਲ। ਦਰਵਾਜ਼ਾ ਵੀ ਉਹ ਸਾਹਮਣੇ ਪਿਆ ਹੋਇਆ ਕਮਰੇ ਦੇ ਵਿੱਚ, ਉਹ ਤਾਂ ਨਜ਼ਰ ਆ ਰਿਹਾ ਹੋਵੇਗਾ। ਦਰਵਾਜ਼ਾ ਵੀ ਲੱਗ ਜਾਵੇ ਆ ਤੇ ਵਿੰਡੋ ਵੀ ਲੱਗ ਜਾਵੇ ਤੇ ਆਸਾਨੀ ਨਾਲ ਫਿਰ ਜਿਹੜਾ ਗਰ ਟੈਨਸ਼ਨ ਪਰੇਸ਼ਾਨੀ ਖਤਮ ਹੋ ਜਾਵੇ। ਰਾਤੀ ਐ ਅੰਦਰ ਥੋੜ੍ਹਾ ਬਹੁਤ ਚੱਕ ਕੇ ਰੱਖਿਆ ਸੀ, ਲੇਕਿਨ ਅੰਦਰੋਂ ਸਫਾਈ ਕਰਨ ਵਾਲੀ ਸੀ, ਇਸੇ ਕਰਕੇ ਨਾ ਦਰਵਾਜ਼ੇ ਦੇ ਵਿੱਚ ਹੀ ਰੱਖ ਦਿੱਤਾ। ਫਿਰ ਅੰਦਰੋਂ ਸਫਾਈ ਵਗੈਰਾ ਹੁਣ ਕਰਕੇ ਨਾ ਤੇ ਸਾਰਾ ਸਮਾਨ ਨਾ ਅੱਛੀ ਤਰੀਕੇ ਸਾਫ਼ ਸੁਥਰਾ ਕਰਕੇ ਜੋੜਾਂਗੇ ਇਨਸ਼ਾਅੱਲਾ। ਖੈਰ ਆਇਆ, ਸਭ ਤੋਂ ਪਹਿਲੇ ਨਾ ਆ ਕੇ ਮਿਸਤਰੀ ਦਾ ਪਤਾ ਕੀਤਾ। ਔਰ ਦਰਵਾਜ਼ੇ ਦੇਖੋ ਮਾਸ਼ਾਅੱਲਾ ਕਿੱਡੇ ਕਿੱਡੇ ਸੋਹਣੇ ਆਏ ਪਏ ਨੇ। ਔਰ ਬਾਈ ਕਹਿ ਰਿਹਾ 19000 ਦਾ ਨਾ, ਹਾਂ 19000 ਰੁਪਏ ਦਾ ਜਿਹੜਾ ਹੈਗਾ ਨਾ ਇੱਕ ਦਰਵਾਜ਼ਾ। ਮਿਸਤਰੀ ਬਾਈ ਤੇ ਦੁਕਾਨ ਤੇ ਮਿਲਿਆ ਕੋਈ ਨਹੀਂ, ਦੇਖਦੇ ਹਾਂ, ਵੇਟ ਕਰਨਾ, ਉਹਦਾ ਨੰਬਰ ਲੈਣ ਦਾ, ਉਹਨਾਂ ਨਾਲ ਫੋਨ ਕਰਨਾ। ਔਰ ਵਾਪਸੀ ਤੇ ਆਉਣ ਲੱਗਿਆਂ ਲੈ ਕੇ ਆਉਂਦੇ ਨੇ ਜਿਵੇਂ ਅਮਰੂਦ। ਬੇਗਮ ਸਾਹਿਬਾਂ ਨੇ ਸੋਫਾ ਲਿਆ ਕੇ ਨਾ ਬਾਹਰ ਰੱਖ ਦਿੱਤਾ ਔਰ ਹਾਲਤ ਬੜੀ ਜਾਂਦੀ ਬੂਹ ਜਾਂਦੇ, ਜਿਹੜੇ ਛਾਪਰ ਸੀ ਨਾ ਉਹ ਫਟ ਗਿਆ ਤੇ ਉਸ ਤੋਂ ਬਾਅਦ ਬੱਚਿਆਂ ਨੇ ਦੀ ਤਬਾਹੀ ਲਾ ਦਿੱਤੀ ਆ। ਹੈਗਾ ਸੀ ਹਾਲਾਂਕਿ ਅੱਛੀ ਕੰਪਨੀ ਦਾ, ਮਾਸਟਰ ਕੰਪਨੀ ਦਾ ਹੈਗਾ ਸੀ, ਬਹੁਤ ਹੀ ਜ਼ਬਰਦਸਤ, ਲੇਕਿਨ ਸਾਡੇ ਬੱਚਿਆਂ ਅੱਗੇ ਕੋਈ ਮਾਸਟਰ ਮੂਸਟਰ ਨਹੀਂ ਚੱਲਦਾ। ਹਾਂ, ਹੁਣ ਆਏ ਬੈਠੇ ਨੇ ਅਮਰੂਦ ਖਾਣ ਵਾਸਤੇ। ਔਰ ਮੈਂ ਲੈ ਕੇ ਆਉਂਦੇ ਨੇ ਜੀ ਨਾਸ਼ਤੇ ਵਾਸਤੇ ਅੱਜ ਨਾ ਨਾਨ। ਹਾਂਜੀ, ਬੱਚਿਆਂ ਦਾ ਨਾਸ਼ਤਾ ਕਰ ਲਿਆ, ਖਾਲੀ ਮੈਂ ਨਾਸ਼ਤਾ ਕਰਨ ਨਾਲ ਰਹਿ ਗਿਆ ਸੀ ਤੇ ਮੈਂ ਚੱਲ ਅੱਜ ਨਾ ਨਾਨ ਚਨੇ ਨਾਲ ਨਾ ਲੈ ਹੀ ਜਾਈਏ। ਹਾਲਾਂਕਿ ਮੈਂ ਸਿਰਫ ਮਿਸਤਰੀ ਦਾ ਪਤਾ ਕਰਨ ਗਿਆ ਸੀ, ਮਿਸਤਰੀ ਦਾ ਪਤਾ ਕਰਕੇ ਰਸਤੇ ਵਿੱਚ ਅਮਰੂਦਾਂ ਵਾਲਾ ਮਿਲਿਆ, ਭੈਣ ਅਮਰੂਦ ਲੈ ਲਏ ਨਾਲ, ਨਾਸ਼ਤੇ ਵਾਲਾ ਖੜਾ ਸੀ ਤੇ ਨਾਨਾ ਦੀ ਜਿਹੜੀ ਇਹਨਾਂ ਖੁਸ਼ਬੋ ਆਈ, ਮੈਂ ਚੱਲ ਜਿਹੜਾ ਹੈਗਾ ਨਾ ਨਾਲ ਲੈ ਜਾਈਏ ਅੱਜ। ਹਾਂ, ਉਹ ਫਿਰ ਅੱਗੇ ਜਿਹੜਾ ਹੈਗਾ ਨਾ ਆਪਣੇ ਆਪ ਵੱਧ ਜਾਂਦਾ, ਬੰਦਾ ਸ਼ਹਿਰ ਚਲਾ ਜਾਵੇ ਨਾ ਖਰਚਾ ਹੋ ਹੀ ਜਾਂਦਾ। ਬੇਗਮ ਸਾਹਿਬਾਂ ਨੇ ਕਮਰੇ ਦੀ ਜਿਹੜੀ ਸੈਟਿੰਗ ਵੈਟਿੰਗ ਕੀਤੀ ਆ, ਅੰਦਰ ਨਾ ਸਾਰੇ ਸੋਫੇ ਵਗੈਰਾ ਲਾ ਦਿੱਤੇ ਨੇ, ਇਹ ਬੱਚਿਆਂ ਨੇ ਇੱਥੇ ਇਹ ਲਾਇਆ ਸੀ, ਬੱਚਿਆਂ ਨੂੰ ਖਿਲਾ ਦਿੱਤਾ। ਫਿਰ ਬੇਗਮ ਸਾਹਿਬਾਂ ਕੱਪੜੇ ਧੋਣ ਲੱਗ ਗਈ ਸੀ ਤੇ ਇਸ ਕਰਕੇ ਜਿਹੜਾ ਹੈਗਾ ਨਾ ਲੇਟ ਹੋ ਗਈ ਆ। ਔਰ ਹੁਣ ਜਿਹੜਾ ਹੈਗਾ ਨਾ ਟਾਈਮ ਲੱਗਾ, ਸਾਡਾ ਪੱਖਾ ਬੰਦ ਕੀਤਾ ਕਿਉਂਕਿ ਨਾ ਹੁੰਦਾ ਕਾਫੀ ਜ਼ਿਆਦਾ ਨਾ ਸ਼ੋਰ ਆਵਿਆ ਤੇ ਸਾਰਾ ਸਮਾਨ ਅਸੀਂ ਚੱਕ ਕੇ ਜਿਹੜਾ ਹੈਗਾ ਨਾ ਪਹਿਲੇ ਤੇ ਅੰਦਰ ਰੱਖਿਆ ਸਾਰਾ ਸਮਾਨ, ਟੋਟਲ ਠੀਕ ਆ, ਪੁਰਜ਼ੇ ਵਗੈਰਾ ਜਿਹੜਾ ਹੈਗੇ ਨਾ ਚੱਕ ਲੈਣੇ ਸਾਰੇ ਨੂੰ ਸੈੱਟ ਕਰਨ ਵਾਲੇ। ਹੁਣ ਜਿਹੜਾ ਹੈਗਾ ਨਾ ਬੈੱਡ ਨੂੰ ਪਹਿਲੇ ਜਿਹੜਾ ਨਾ ਕੱਸਦੇ ਆ ਤੇ ਹਾਲੇ ਸਾਈਡਾਂ ਤੋਂ ਵੈਸੇ ਥੋੜ੍ਹੀ ਬਹੁਤੀ ਨਾ ਸਫਾਈ ਕਰਨ ਵਾਲੀ ਹੈਗੀ ਸੀ, ਟਾਇਲ ਵਗੈਰਾ ਜਿਹੜੇ ਨਾ ਥੱਲੇ ਵਾਲੀ ਸਾਈਡ ਤੋਂ, ਇਹ ਦੇਖੋ
ਚੂਨਾ ਜਿਹਾ ਲੱਗਾ ਹੋਇਆ ਸਾਈਡਾਂ 'ਤੇ, ਪਹਿਲੇ ਕੱਸਦੇ ਹਾਂ ਨਾ ਬੈੱਡ ਕੱਸ ਕੇ ਅਤੇ ਉੱਤੇ ਸਮਾਨ ਵਗੈਰਾ ਜੋੜਦੇ ਹਾਂ, ਫਿਰ ਨਾ ਜਿਹੜੀ ਬੈੱਡ ਦੀ ਬੈਕ ਸਾਈਡ ਹੋਈ ਉੱਧਰ ਤੋਂ ਸਾਫ਼ ਕਰਨ ਦੀ ਲੋੜ ਕੋਈ ਨਹੀਂ, ਜਿਹੜੀ ਨਜ਼ਰ ਆਉਂਦੀ ਨਾ ਹਰ ਸ਼ਾਇ ਉਹ ਜਿਹੜੀ ਹੈਗੀ ਨਾ ਸਾਰੀ ਕਰਦੇ ਹਾਂ ਸਾਫ਼ ਵਗੈਰਾ ਫਰੈਸ਼ ਕਰਕੇ। ਇੱਕ ਵਾਰੀ ਚਾਹੇ ਪਾਲਿਸ਼ ਹੀ ਹੋਇਆ ਸੀ ਨਾ, ਗੱਟਾ ਮਿੱਟੀਆਂ 'ਤੇ ਤਾਂ ਕਾਫ਼ੀ ਪੈ ਗਿਆ, ਇਹ ਤੁਹਾਨੂੰ ਦਾਗ ਨਜ਼ਰ ਆ ਰਹੇ ਹੋਣਗੇ ਕਿੰਨੇ ਜ਼ਿਆਦਾ ਸ਼ੀਸ਼ੇ 'ਤੇ, ਇਹ ਦੇਖੋ ਕਾਫ਼ੀ ਜ਼ਿਆਦਾ ਮਿੱਟੀ ਇੰਨੀ ਜਮਾ ਹੋਈ ਪਈ ਹੈ ਵੇਖੋ। ਗੱਟਾ ਇੰਨਾ ਆਂਦਾ ਕਿੱਥੋਂ, ਮੈਂ ਹੈਰਾਨ ਆ, ਹਾਲਾਂਕਿ ਅਸੀਂ ਹੁਣ ਹੀ ਚੱਕ ਕੇ ਰੱਖਿਆ, ਮੈਂ ਛੰਡ ਕੇ ਰੱਖਿਆ ਸੀ ਅਤੇ ਇਹ ਦੇਖੋ ਇੰਨਾ ਇੰਨਾ ਗੱਟਾ ਫਿਰ ਵੀ ਆ ਗਿਆ, ਮੈਂ ਪਤਾ ਨਹੀਂ ਆਇਆ ਕਿੱਥੋਂ, ਹਾਲਾਂਕਿ ਇੰਨਾ ਕਮਰੇ ਨੂੰ ਕਿਸੇ ਪਾਸੋਂ ਰਾਹ ਨਹੀਂ। ਇਹ ਵਿੰਡੋ ਜੀ ਖੁੱਲ੍ਹੀ ਆ, ਵਿੰਡੋ ਖੁੱਲ੍ਹੀ ਆ, ਦੂਸਰਾ ਆਵਣ ਵਾਲਾ ਹੈ ਇਹਦਾ ਜਿਹੜਾ ਇੱਥੇ ਲੱਗਣਾ ਸਿਸਟਮ, ਠੀਕ ਹੈ। ਅਗਰ ਉਹ ਨਾ ਆਇਆ ਨਾ ਅੱਜ, ਅਤੇ ਪਰਲੀ ਸਾਈਡ ਤੋਂ ਇਹਨੂੰ ਫਿਰ ਨਾ ਪਰਦਾ ਲਾ ਦਿੰਦੇ ਹਾਂ, ਹਾਂ ਅਰਜ਼ੀ ਤੌਰ 'ਤੇ ਲਾਉਂਦੇ ਹਾਂ ਦੰਮੀ। ਪਰਸੋਂ ਤੱਕ ਉਮੀਦ ਹੈ, ਮੈਂ ਗਿਆ ਸੀ ਨਾ ਤੁਹਾਡੇ ਸਾਹਮਣੇ ਹੀ ਉਹਦੇ ਕੋਲ, ਅਤੇ ਉਹ ਤਾਂ ਫਿਰ ਬਾਅਦ ਵਿੱਚ ਜਿਹੜਾ ਹੈਗਾ ਨਾ ਫੋਨ ਆਇਆ ਸੀ, ਅਤੇ ਉਹ ਕਹਿ ਰਿਹਾ ਸੀ ਨਵਾਜ਼ ਬਈ ਮੈਂ ਤੇਰੇ ਹੀ ਕੰਮ ਦੇ ਚੱਕਰ ਜਿਹੜਾ ਹੈਗਾ ਨਾ ਗਿਆ ਹੋਇਆ ਸਾਹੀਵਾਲ ਸ਼ੀਟਾਂ ਵਗੈਰਾ ਲੈਣ। ਫਿਰ ਉਹਨੇ ਮੈਨੂੰ ਸ਼ੀਟਾਂ ਦਾ ਜਿਹੜਾ ਹੈਗਾ ਨਾ, ਬਲਕਿ ਮੈਂ ਤੈਨੂੰ ਖਾਨਾ ਮੋਬਾਇਲ 'ਤੇ ਉਹਨੇ ਭੇਜਿਆ ਸੀ, ਫਿਰ ਮੈਂ ਸਲੈਕਟ ਜਿਹੜੀ ਸ਼ੀਟ ਕੀਤੀ ਹੈ ਨਾ ਉਹ ਮੈਂ ਜਿਸ ਕਲਰ ਦੀ ਆ ਹੈ ਨਾ ਟਾਇਲ, ਇਸ ਕਲਰ ਜਿਸ ਕਲਰ ਦੀ ਟਾਇਲ ਇਸ ਕਲਰ ਦੀ ਸ਼ੀਟ ਵਗੈਰਾ ਨੂੰ ਪਸੰਦ ਕੀਤੀ ਹੈ। ਬਾਕੀ ਉਹ ਬਣਦਾ ਕਿਸ ਤਰ੍ਹਾਂ, ਮਸਲ ਸਾਦਾ ਜਾਂ ਸਿੰਪਲ ਜੇ ਬਣਾਉਣ ਲੱਗੇ, ਇਤਨਾ ਜ਼ਿਆਦਾ ਹੈਵੀ ਕੋਈ ਨਹੀਂ, ਇੱਕ ਤਾਂ ਵਿੰਡੋ ਬੰਦ ਹੋ ਜਾਵੇਗੀ, ਬਾਕੀ ਮਾੜੀ ਮੋਟੀ ਡੈਕੋਰੇਸ਼ਨ ਹੀ ਹੋ ਜਾਵੇਗੀ। ਅਤੇ ਬਾਕੀ ਇਹ ਸਭ ਤੋਂ ਪਹਿਲੇ ਕਰਨੇ ਆ ਜੀ, ਇਹਨੂੰ ਸਿੱਧਾ ਪੱਧਰਾ, ਫਿਰ ਬਾਅਦ ਇਹ ਥੋੜ੍ਹੀ ਬਹੁਤੀ ਸਫਾਈ ਕਰਕੇ ਨਾ ਫਿਰ ਇਹਦੇ ਉੱਪਰ ਨਵੀਂ ਪਾਣੀ ਇਹਦੇ ਉੱਤੇ ਜੇ ਲੈ ਕੇ ਆਉਂਦੀ ਸੀ ਨਾ ਬੈੱਡ ਸ਼ੀਟ, ਨਵੀਂ ਬੈੱਡ ਸ਼ੀਟ ਪਾ ਕੇ ਇਹਨੂੰ ਨਾ ਵੀ ਆਈ ਪੀ ਕਮਰਾ ਤਿਆਰ ਕਰਨੇ ਆ। ਹਾਂਜੀ ਹਾਂ, ਪਿੱਠੂ ਕੀ ਗੱਲ ਹੈ, ਜਿੰਨੀ ਵਾਰੀ ਬੈੱਡ ਖੋਲ੍ਹ ਕੇ ਕੱਸੇ ਨੇ ਨਾ ਆਪਣੇ ਆਪਣੇ ਹੀ ਬੈੱਡ, ਮੈਂ ਕਹਿੰਦਾ ਐਕਸਪੀਰੀਅੰਸ ਇੰਨਾ ਹੋਇਆ ਪਿਆ ਨਾ ਕਿ 10 ਮਿੰਟ ਲੱਗਦੇ ਨੇ ਜਿਹੜਾ ਕਹਿੰਦਾ ਬੈੱਡ ਖੋਲ੍ਹ ਕੇ ਕੱਸਣ ਦੇ ਵਿੱਚ, ਕਿਉਂਕਿ ਕਮ ਅਜ਼ ਕਮ ਕੋਈ 10-15 ਵਾਰੀ ਤਾਂ ਖੋਲ੍ਹ ਕੇ, ਕਦੇ ਇੱਧਰ ਕਦੇ ਉਸ ਕਮਰੇ ਵਿੱਚ, ਕਦੇ ਇਸ ਕਮਰੇ 'ਚ, ਕਦੇ ਉਸ ਕਮਰੇ ਵਿੱਚ। ਹਾਂ ਹੁਣ ਨਹੀਂ ਹਲਦੇ, ਕਿਉਂਕਿ ਨਾ ਹੁਣ ਕਿਉਂਕਿ ਪਹਿਲੇ ਇਸੇ ਘਰ 'ਚ ਸਮਝ ਲਓ ਕਿ ਪਹਿਲੇ ਆਪਾਂ ਕੱਢ ਕੇ ਰੱਖੇ ਸੀ ਵੈਸੇ, ਫਿਰ ਉਧਰੋਂ ਲੈ ਕੇ ਆਉਂਦੇ ਸਾਈ ਵੱਲੋਂ, ਫਿਰ ਖੋਲ੍ਹ ਕੇ ਰੱਖੇ ਜਨਾਬ ਜਦੋਂ ਪਲਸਤਰ ਹੋਇਆ ਸੀ, ਇਵੇਂ ਨਾ ਪਲਸਤਰ ਦੇ ਟਾਈਮ ਖੋਲ੍ਹ ਕੇ ਰੱਖੇ, ਫਿਰ ਜਦੋਂ ਪਲਸਤਰ ਹੋ ਗਿਆ ਫਿਰ ਹੱਟ ਕੇ ਕੱਸੇ, ਇਵੇਂ ਨਾ ਫਿਰ ਦੁਬਾਰਾ ਜਦੋਂ ਪਲਸਤਰ ਹੋਣ ਲੱਗਿਆ ਫਿਰ ਉੱਧਰ ਜਿਹੜਾ ਚੱਕ ਕੇ ਰੱਖੇ ਨੇ, ਫਿਰ ਕੱਸੇ ਨੇ ਹੱਟ ਕੇ ਆ ਕੇ, ਤਕਰੀਬਨ ਕੋ ਕਾਫੀ ਟਾਈਮ ਕੱਸ ਕੱਸ ਕੇ ਨਾ ਹੁਣ ਨਾ ਬੜੀ ਸਮਝ ਕੇ ਟ੍ਰੇਨਿੰਗ ਹੋਈ ਪਈ ਆ, ਮਿਸਤਰੀ ਬਣੇ ਹੋਏ ਆ, ਇਹਨੂੰ ਸਾਫ਼ ਕਰ ਲੈਣ ਛੰਡ ਲਾ, ਉੱਪਰ ਪਾਉਂਦੇ ਆ ਗੱਦਾ, ਗੱਦੇ ਦੀ ਹਾਲਤ ਥੋੜ੍ਹੀ ਬਹੁਤੀ ਬੁਰੀ ਹੋਈ ਪਈ ਆ, ਇੱਕ ਸਾਈਡ ਇੱਥੋਂ ਨਾ ਪਾਣੀ ਪੈਂਦਾ ਰਿਹਾ, ਬਾਰਿਸ਼ ਦਾ ਕਿ ਪਤਾ ਨਹੀਂ ਕੀ ਮਸਲਾ, ਜਦੋਂ ਪਲਸਤਰ ਕੋਈ ਨਹੀਂ ਸੀ, ਜਦੋਂ ਪਲਸਤਰ ਕੋਈ ਨਹੀਂ ਸੀ ਨਾ ਕਮਰੇ 'ਤੇ ਉਦੋਂ ਮੇਰੇ ਖਿਆਲ ਪਾਣੀ ਪੈਂਦਾ ਰਿਹਾ, ਕੀ ਮਸਲਾ, ਇੱਕ ਸਾਈਡ ਨਾ ਪੀਲੇ ਜੇ ਰੰਗ ਦੀ ਹੋ ਗਈ, ਵੈਸੇ ਤਾਂ ਠੀਕ ਹੈ ਮਸਲ ਗਿੱਲਾ ਨਹੀਂ ਹੈ ਨਾ ਦਾਗ, ਪੀਲਾ ਕੱਪੜਾ ਜਿਹੜਾ ਹੋਇਆ ਤੋ ਨਾ ਲਈ ਇਹਨੂੰ ਕਿ ਖਰਾਬ ਹੋ ਜਾਵੇ, ਖਰਾਬ ਤਾਂ ਨਹੀਂ ਹੁੰਦਾ ਲੇਕਿਨ ਹੁਣ ਟਾਈਮ ਕੋਈ ਨਹੀਂ। ਹਾਂ ਚਲੋ ਇੰਝ ਕਰਨੇ ਆ ਨਾ ਇਹ ਵਾਲਾ ਸਾਈਡ ਨਾ ਵੈਸੇ ਥੱਲੇ ਕਰ ਦਿੰਦੇ ਹਾਂ, ਸਹੀ ਹੈ, ਹਾਂ ਇੱਕ ਸਾਈਡ ਠੀਕ ਆ, ਇਹ ਵਾਲੀ ਅਤੇ ਇਹ ਵਾਲੀ ਸਾਈਡ, ਸਿਰਫ ਇਹ ਸਾਈਡ ਜਿਹੜੀ ਆ ਨਾ ਖਰਾਬ, ਮੇਰੇ ਖਿਆਲ ਪਾਣੀ ਵਗੈਰਾ ਇਹਦੇ ਉੱਤੇ ਪਿਆ, 100% ਬੱਚਿਆਂ ਨੇ ਪਾਣੀ ਵੀਟਿਆ ਜਾਂ ਕੋਈ ਮਸਲਾ ਬਣਿਆ ਇਹਨੂੰ, ਨਹੀਂ ਤਾਂ ਗੱਟਾ ਮਿੱਟੀ ਵੈਸੇ ਹੈਗਾ ਸੀ ਛੰਡ ਛੁੰਡ ਦਿੱਤਾ, ਲੇਕਿਨ ਇਹ ਸਾਈਡ ਨਾ ਇੰਝ ਮਹਿਸੂਸ ਹੁੰਦਾ ਜਿਵੇਂ ਨਾ ਪਾਣੀ ਵਗੈਰਾ ਉੱਤੇ ਨਾ ਡੁੱਲਿਆ ਹੋਵੇ, ਪਤਾ ਨਹੀਂ ਉਹ ਕਦੋਂ ਡੁੱਲਿਆ ਇਹ ਸਾਨੂੰ ਕੋਈ ਪਤਾ ਸੁਰ ਨਹੀਂ ਆ, ਕਿਉਂਕਿ ਬੱਚਿਆਂ ਵਾਲੇ ਕਮਰੇ 'ਚ ਪਿਆ ਸੀ, ਅਤੇ ਬੱਚਿਆਂ ਦੀ ਅਸੀਂ ਕੋਈ ਗਰੰਟੀ ਨਹੀਂ ਦਿੰਦੇ, ਬੱਚੇ ਅੰਨੇ ਵਾਹ ਕੰਮ ਪਾਉਂਦੇ ਨੇ, ਅਤੇ ਉਹ ਜਿਹੜਾ ਹੈਗਾ ਨਾ ਹਰ ਸ਼ਾਇਦ ਇੱਧਰ ਅੰਬਰ ਅੰਬ ਕਰ ਦਿੰਦੇ, ਪਤਾ ਨਹੀਂ ਉਹਨਾਂ ਨੇ ਕੀ ਕੀਤਾ, ਚਾਹੇ ਡੋਲੀ ਆ ਪਤਾ ਨਹੀਂ ਕੀ ਕੀਤਾ, ਕੋਈ ਸੁਰ ਪਤਾ ਨਹੀਂ। ਹਾਂ ਚਲੋ ਜਲਦੀ ਜਲਦੀ ਛੰਡ ਇਹਨੂੰ ਫਿਰ। ਬਾਕੀ ਮਾਸ਼ਾਅੱਲਾ ਉਸ ਕਮਰੇ ਨਾਲੋਂ ਵੀ ਨਾ ਇਸ ਕਮਰੇ ਦੀ ਜ਼ਿਆਦਾ ਅੱਛੀ ਸੈਟਿੰਗ ਹੋ ਗਈ ਹੈ, ਇਵੇਂ ਨਾ ਸੈਟਿੰਗ ਅੱਛੀ ਹੋ ਗਈ ਇਸ ਕਮਰੇ ਦੀ, ਕਿਉਂਕਿ ਐਲਮਾਰੀ ਜੀ ਸਾਈਡ 'ਤੇ ਰੱਖੀ ਆ,
ਉਹਦੀ ਵੀ ਨਵੇਂ ਚੱਕ ਕੇ ਰੱਖ ਦਈਏ ਹੈ, ਸੋਹਣੀ ਲੱਗਦੀ ਪਈ ਆ ਸਾਈਡ ਤੇ ਪਈ ਉਹ। ਇਹ ਦੂਸਰੇ ਕਮਰੇ ਦੀ ਜਿਹੜੀ ਸੈਟਿੰਗ ਹੈ ਨਾ ਇਹ ਵੀ ਅੱਛੀ ਹੋ ਗਈ ਇੱਥੇ, ਲੇਕਿਨ ਨਾ ਅਲਮਾਰੀ ਨਜ਼ਰ ਨਹੀਂ ਆਉਂਦੀ ਇੱਥੇ ਬੈਡਰੂਮ ਦੇ ਅੰਦਰ ਦਾਖਲ ਹੋ ਨਾ। ਇਹ ਦੇਖੋ ਬੈਡਰੂਮ ਵਿੱਚ ਪਈ ਹੋਈ ਨਾ ਅਲਮਾਰੀ, ਮੈਂ ਅਲਮਾਰੀ ਕਹਿੰਦਾ ਹੁਣ ਨਾ, ਲੇਕਿਨ ਪਤਾ ਨਹੀਂ ਹੁੰਦਾ ਕਿ ਇਹ ਮੈਨੇ ਕੀ ਇਹਨੂੰ ਸੱਦੇ ਨੇ ਡਰੈਸਿੰਗ ਟੇਬਲ। ਠੀਕ ਆ ਸਾਡੇ ਮੂੰਹ 'ਚ ਅਲਮਾਰੀ ਪੱਕੀ ਹੋਈ ਆ, ਲੇਕਿਨ ਕਿਸੇ ਨੇ ਕਮੈਂਟ ਕਰਕੇ ਨਹੀਂ ਪੈਣਾ ਪਤਾ ਹੈ ਮੈਨੂੰ ਡਰੈਸਿੰਗ ਟੇਬਲ ਮੇਰੇ ਨਾਲ ਜ਼ਬਾਨ 'ਤੇ ਅੜੀ ਹੋਈ ਆ ਅਲਮਾਰੀ ਅਲਮਾਰੀ ਅਲਮਾਰੀ। ਠੀਕ ਆ ਲੇਕਿਨ ਹੈ ਡਰੈਸਿੰਗ ਟੇਬਲ, ਲੇਕਿਨ ਇੱਧਰ ਰੱਖੀ ਹੋਈ ਆ, ਇੱਥੋਂ ਨਾ ਨਜ਼ਰ ਨਹੀਂ ਆਉਂਦੀ ਬਿਲਕੁਲ ਬੈਡਰੂਮ ਦੇ। ਬਾਹਰ ਦਾ ਜਿਹੜਾ ਮੌਸਮ ਹੈ ਨਾ ਉਹ ਤਕਰੀਬਨ ਨਾ ਠੀਕ ਹੈ, ਮਾਸ਼ਾਅੱਲਾ ਬੱਦਲ ਬਣੇ ਖੜ੍ਹੇ ਨੇ, ਅੱਲਾ ਕਰੇ ਬਾਰਿਸ਼ ਹੋ ਜਾਵੇ। ਮੈਨੂੰ ਦੇਖ ਕੇ ਮੁਰਗੇ ਹੋਰਾਂ ਨੂੰ ਆ ਰਹੇ ਨੇ ਵੀ ਕੁਛ ਖਾਣਾ ਵਗੈਰਾ ਪਾਓਗੇ। ਮੈਂ ਸੋਚਿਆ ਤੁਹਾਨੂੰ ਚੱਲ ਕੇ ਬਾਹਰ ਨਾ ਮੌਸਮ ਦੀ ਖਾ ਦੇਵਾਂ ਅੱਛੀ ਤਰੀਕੇ। ਇਹ ਦੇਖੋ ਸੂਰਜ ਉਹ ਸਾਹਮਣੇ ਰਿਹਾ ਬੱਦਲਾਂ ਦੇ ਵਿੱਚ। ਬੇਗਮ ਸਾਹਿਬਾਂ ਇੱਕ ਵਾਰੀ ਤੇ ਸ਼ੀਸ਼ੇ ਨੂੰ ਨਾ ਸਾਬਣ ਨਾਲ ਸਾਫ਼ ਕਰਦੀ ਪਈ, ਸਾਬਣ ਵਗੈਰਾ ਸਰਫ਼ ਉੱਤੇ ਲਾ ਕੇ ਨਾ ਸਰਫ਼ ਵਾਲਾ ਪਾਣੀ ਸਾਫ਼ ਹੁੰਦਾ ਪਿਆ, ਪਤਾ ਨਹੀਂ ਹੁੰਦੇ ਨੇ ਬਾਅਦ 'ਚ ਹੋਣਾ ਕੀ ਹੈ ਜ਼ੁਲਮ। ਔਰ ਰਾਤ ਨੂੰ ਮੈਨੂੰ ਨਾ ਕਾਫ਼ੀ ਸਾਰੇ ਕਮੈਂਟ ਸੀ ਕਿ ਨਵਾਜ਼ ਬਾਈ ਤੁਸੀਂ ਸਫਾਈਆਂ ਕਰਦੇ ਫਿਰਦੇ ਹੋ ਅਤੇ ਇਹਨਾਂ ਨੇ ਮੇਰੇ ਦਿਲ ਮਾਰ ਦਿੰਦੀ। ਅਸਲ 'ਚ ਨਾ ਇਹ ਗੱਲ ਹਕੀਕਤ ਹੈ, 120% ਸਫਾਈ ਦਾ ਮਸਲ, ਸਫਾਈ ਦਾ ਜਿਹੜਾ ਸ਼ੌਕ ਹੈ ਨਾ ਉਹ ਸਿਰਫ ਔਰ ਸਿਰਫ ਘਰ ਦੇ ਵਿੱਚ ਮੈਨੂੰ ਹੈ, ਸਿੱਧੀ ਸਿੱਧੀ ਗੱਲ ਹੈ ਔਰ ਇਹ ਕਸਮ ਵਾਲੀ ਗੱਲ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਸਫਾਈ ਦਾ ਨਾ ਬੇਗਮ ਸਾਹਿਬਾਂ ਨੂੰ ਸ਼ੌਕ ਹੈ ਨਾ ਬੱਚਿਆਂ ਨੂੰ ਸ਼ੌਕ ਹੈ ਕਿਸੇ ਜਾਣ ਨੂੰ, ਜ਼ਬਰਦਸਤੀ ਕੰਮ ਕਰਾਉਣਾ ਸਿੱਧੀ ਗੱਲ ਹੈ। ਅਗਰ ਸਫਾਈ ਕਰਾਉਣੀ ਹੈ ਨਾ ਮਸਲ ਘਰ ਦੇ ਵਿੱਚ ਸਫਾਈ ਵਗੈਰਾ ਜਦੋਂ ਵੀ ਕਰਾਉਣੀ ਨਾ ਉਹਦੀ ਸ਼ੁਰੂਆਤ ਮੈਂ ਕਰਦਾ ਸਫਾਈ। ਤੁਸੀਂ ਵੇਖਿਆ ਹੋਣਾ ਵਿਲਾਗ ਦੇ ਵਿੱਚ ਜਦੋਂ ਵੀ ਸਫਾਈ ਦਾ ਜ਼ਿਕਰ ਕਰਨਾ ਹੈ ਕਿ ਆਹ ਘਰ ਧੋਣਾ ਹੈ ਜਾਂ ਉਹ ਟੈਲਾਂ ਧੋ ਲਈਏ ਬੈਕ ਸਾਈਡ ਦੀ, ਘਰ ਦੀ ਸਫਾਈ ਦੀ ਸ਼ੁਰੂਆਤ ਮੈਂ ਕਰਨਾ ਕਿਉਂਕਿ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ, ਮੈਂ ਚੱਲ ਘਰ ਸਾਫ਼ ਸੁਥਰਾ ਹੋਣਾ ਚਾਹੀਦਾ। ਦੂਸਰੀ ਗੱਲ ਇਹ ਹੈ ਕਿ ਕੋਈ ਵੀ ਅਗਰ ਸਫਾਈ ਦੇ ਬਾਰੇ ਕਮੈਂਟ ਕਰਦਾ ਹੈ ਨਾ ਤਾਂ ਸਾਡੇ ਘਰ 'ਚ ਨਾ ਲੜਾਈ ਪਾਉਂਦੀ ਹੈ, ਸਿੱਧੀ ਗੱਲ ਹੈ। ਹੁਣ ਵੀ ਸਾਡੀ ਨਾ ਲੜਾਈ ਪੈ ਗਈ ਹੈ, ਬਰਾਏ ਮਿਹਰਬਾਨੀ ਸਫਾਈ ਦੇ ਬਾਰੇ ਸਾਨੂੰ ਨਾ ਕਿਹਾ ਕਰੋ, ਕਿਉਂਕਿ ਸਾਨੂੰ ਸਫਾਈ ਦੇ ਬਾਰੇ ਤੁਸੀਂ ਮੈਨੂੰ ਕਹਿਣਾ, ਮੈਂ ਬੇਗਮ ਨੂੰ ਕਹਿਣਾ ਤਾਂ ਸਾਡੀ ਡਾਇਰੈਕਟ ਲੜਾਈ ਪਾਉਂਦੀ ਹੈ, ਸਿੱਧੀ ਸਿੱਧੀ ਗੱਲ ਹੈ। ਕਿਉਂਕਿ ਇਹਦੀ ਦਿਲ ਕਰਦੀ ਹੈ ਤਾਂ ਸਫਾਈ ਕਰ ਦਿੰਦੀ ਹੈ, ਇਹਦੀ ਦਿਲ ਨਹੀਂ ਕਰਦੀ ਤਾਂ ਇਹ ਸਫਾਈ ਨਹੀਂ ਕਰਦੀ, ਅਤੇ ਅਗਰ ਮੈਂ ਜ਼ਬਰਦਸਤੀ ਕਰਨੀ ਆ ਤਾਂ ਫਿਰ ਲੜਾਈ ਪਾਉਣੀ, ਸਿੱਧੀ ਗੱਲ ਹੈ। ਤਾਂ ਮਿਹਰਬਾਨੀ ਸਫਾਈ ਦੇ ਮਾਮਲੇ ਦੇ ਵਿੱਚ ਨਾ ਜਿਵੇਂ ਮੈਂ ਗੁਜ਼ਾਰਾ ਕਰਦਾ ਪਿਆ ਜਿਹੜਾ ਕਹਿੰਦਾ ਤੁਸੀਂ ਵੇਖਣ ਵਾਲੇ ਜੀ ਸਾਰੇ ਨਾਲ ਗੁਜ਼ਾਰਾ ਕਰੋ, ਬਾਕੀ ਜਿਹੜੀਆਂ ਸਾਰੀਆਂ ਸਿਸਟਰਾਂ ਦੇਖਦੀਆਂ ਨੇ ਜਾਂ ਮਸਲ ਸ਼ਾਦੀਸ਼ੁਦਾ ਹਜ਼ਰਾਤ ਨੂੰ ਸਾਰੀ ਸਿਸਟਮ ਦਾ ਘਰਾਂ ਦਾ ਸਾਰਾ ਪਤਾ ਹੋਵੇਗਾ। ਮੇਰੀ ਬੇਗਮ ਕੋਈ ਤੁਹਾਡੀਆਂ ਬੇਗਮਾਂ ਨਾਲ ਅਨੋਖੀ ਨਹੀਂ ਹੈ, ਸਾਰਾ ਸੇਮ ਸਿਚੁਏਸ਼ਨ ਸਾਰੀਆਂ ਸਵਾਣੀ ਇੱਕੋ ਜਿਹੀਆਂ ਜ਼ਹਿਰ ਰੱਖਦੀਆਂ ਹੁੰਦੀਆਂ ਨੇ। ਠੀਕ ਆ ਇਹ ਮਰਜ਼ੀ ਦੀ ਮਾਲਕ ਹੁੰਦੀਆਂ ਨੇ, ਅਤੇ ਜ਼ਬਰਦਸਤੀ ਜ਼ੋਰ ਜ਼ਬਰਦਸਤੀ ਜਿਹੜਾ ਹੈਗਾ ਨਾ ਨਹੀਂ ਚੱਲਦੀ ਹੁੰਦੀ। ਲਹਿਰ ਦੀ ਗੱਲ, ਲਹਿਰ ਆ ਜਾਵੇ ਅਤੇ ਸਫਾਈਆਂ ਹੀ ਸਫਾਈਆਂ, ਲਹਿਰ ਨਾ ਆਵੇ ਤਾਂ ਬਈ ਸਭ ਕੋਈ ਸਫਾਈ ਨਹੀਂ ਆ, ਸਿੱਧੀ ਗੱਲ ਹੈ। ਅਤੇ ਇਹ ਬੈੱਡ ਦੀ ਚਾਦਰ ਜਿਹੜੀ ਹੈ ਨਾ ਪਾ ਕੇ ਦੇਖਣਾ, ਅੱਛਾ ਇਹਨੂੰ ਥੱਲੇ ਵਿੱਚ ਨਾ ਕਰੀਆਂ ਕਿਉਂਕਿ ਡਿਜ਼ਾਇਨ ਨਾ ਬਾਹਰ ਹੀ ਦਿਖਾਉਣਾ ਨਾ ਖੂਬਸੂਰਤ ਲੱਗੇਗਾ। ਹਾਂ ਕੀ ਲੱਗੀ ਹੋਈ ਹੈ, ਵੈਸੇ ਕਾਫ਼ੀ ਸਾਰੇ ਬਹਿਣ ਬਾਈਆਂ ਨੂੰ ਇਹ ਅੱਲਾ ਮਸਲ ਚਾਦਰ ਜੀ ਪਸੰਦ ਆਈ ਸੀ, ਔਰ ਮੈਨੂੰ ਵੀ ਇਹ ਨਾ ਅਸਲ ਵੇਖਿਆ ਜਾਵੇ ਨਾ ਮੈਨੂੰ ਵੀ ਇਹ ਬੈੱਡ ਦੀ ਚਾਦਰ ਨਾ ਸਹੀ ਤਰੀਕੇ ਪਸੰਦ ਨਹੀਂ ਆਈ, ਲੇਕਿਨ ਹੋਰ ਮਿਲੀ ਕੋਈ ਨਹੀਂ ਸੀ, ਲੇਕਿਨ ਲੈ ਲਈ, ਵੈਸੇ ਮਜ਼ਬੂਤ ਹੈ। ਹਾਂ ਪਸੰਦ ਨਹੀਂ ਆਈ ਸੀ ਇਹ ਵਾਲੀ ਮੈਨੂੰ, ਕਿਉਂਕਿ ਤੁਹਾਡੇ ਸਾਹਮਣੇ ਨਾ ਮੈਚਿੰਗ ਨਹੀਂ ਹੋ ਰਹੀ, ਵੈਸੇ ਬੈੱਡ ਨਾਲ ਨਾ ਮੈਚਿੰਗ ਨਹੀਂ ਹੋ ਰਹੀ, ਅਜੀਬ ਜੀ ਨਹੀਂ ਲੱਗਦੀ ਪਈ। ਚਲੋ ਕੋਈ ਨਹੀਂ, ਨੈਕਸਟ ਟਾਈਮ ਜਦੋਂ ਲੈਣ ਦੀ ਨਾ ਤਾਂ ਹੱਛੀ ਜੀ ਕੋਈ ਜਿਹੜਾ ਹੈਗਾ ਨਾ ਲੈਵਾਂਗੇ ਇਨਸ਼ਾਅੱਲਾ। ਇਵੇਂ ਹੀ ਪੈਂਦੀ ਹੈ ਇਸੇ ਤਰ੍ਹਾਂ ਸੈਂਟਰ 'ਚ ਆਉਣਾ, ਇਵੇਂ ਹੀ ਪੈਣੀ ਆ, ਲੇਕਿਨ ਠੀਕ ਹੈ ਬਸ ਓਕੇ। ਹੁਣ ਬੈੱਡ ਦੀ ਸੈਟਿੰਗ ਜਿਹੜੀ ਹੈ ਨਾ ਮੁਕੰਮਲ ਹੋ ਚੁੱਕੀ ਹੈ, ਲੇਕਿਨ ਹੁਣ ਇੱਕ ਚੀਜ਼ ਰਹਿ ਗਈ ਆ, ਉਹ ਹੈ ਜੀ ਇਹ ਜਿਹੜੇ ਪਿਲਾਓ
ਤੇ ਇਹ ਜਿਹੜੇ ਦੋ ਹੈਗੇ ਆ ਗੱਦੇ ਜੀ, ਇਹਨਾਂ ਦੇ ਵਿੱਚ ਨਾ ਪੁਰਾਣੀ ਉਹ ਕੀ ਸੱਦੇ ਨੇ ਰੂਈ ਜੀ ਮਸਲ ਕੋਈ ਉਹ ਪਲਾਸਟਿਕ ਦੀ ਭਰਾਵਾਂਗੇ ਕਿਉਂਕਿ ਉਹ ਇੱਕ ਤੇ ਜਲਦੀ ਖਰਾਬ ਨਹੀਂ ਹੁੰਦੀ। ਹੁਣ ਇਹ ਦੇਖੋ ਐਵੇਂ ਜੋੜ ਕੇ ਰੱਖੇ ਹੁਣ ਖਾਲੀ ਨੇ। ਹਾਂ ਇਹ ਆਲੇ ਬੜੇ ਖੂਬਸੂਰਤ ਲੱਗਣਗੇ ਇਹਨਾਂ ਵਿੱਚ। ਹਾਂ ਇਹਨਾਂ ਦੇ ਵਾਸਤੇ ਲੈ ਕੇ ਆਵਾਂਗੇ ਰੂ ਤੇ ਇਹ ਪਿਲਾਓ ਜੀ, ਇਹ ਪਿਲਾਓ ਕੇ ਪੁਲਾਓ ਇਹ ਜਿਹੜਾ ਹੈਗਾ ਨਾ ਇੱਥੇ ਰੱਖੀ ਪਏਗਾ ਸੈਂਟਰ ਦੇ ਵਿੱਚ ਤੇ ਇਹ ਆਲਾ ਜਿਹੜਾ ਹੈਗਾ ਨਾ ਹਾਂ ਇਹ ਇਹ ਇਸ ਤਰੀਕੇ ਇਹ ਪਿਆ ਹੈ ਜੀ ਖਾਲੀ ਤੇ ਬਾਕੀ ਇਸ ਤਰੀਕੇ ਬੈੱਡ ਦੀ ਚਾਦਰ ਪਤਾ ਨਹੀਂ ਪੈਂਦੀ ਕਿ ਵਿੱਚ ਤਾਂ ਮੈਂ ਨਹੀਂ ਪੈਣੀ ਮੇਰੇ ਖਿਆਲ ਨਾਲ। ਹਾਂ ਕਿਉਂਕਿ ਡਿਜ਼ਾਇਨ ਬਣਿਆ ਹੋਇਆ ਨਾ ਇਹ ਬਾਹਰ ਹੀ ਰੱਖਣੀ ਪੈਣੀ ਹੈ। ਹਾਂ ਵੈਸੇ ਵੀ ਨਾਲੇ ਕਾਫੀ ਵੱਡੀ ਸਾਰੀ ਹੈ ਛੋਟੀ ਨਹੀਂ ਹੈ ਬੈੱਡ ਨਾਲੋਂ ਵੀ ਨਾ। ਇਹ ਦੇਖੋ ਇੰਨੀ ਜ਼ਿਆਦਾ ਐਕਸਟਰਾ ਨਾਲ ਹੈ ਕਾਫੀ ਸਾਰੇ ਤਕਰੀਬਨ ਕੋਈ ਫੁੱਟ ਡੇਢ ਥੱਲੇ ਤੱਕ ਆ ਰਹੀ ਇੱਧਰ ਵੀ ਅਤੇ ਇੱਧਰ ਵੀ ਫੁੱਟ ਸਵਾ ਫੁੱਟ। ਠੀਕ ਹੋ ਗਿਆ ਹੁਣ ਕਰਨੇ ਆ ਥੱਲੋਂ ਸਫਾਈ ਵਗੈਰਾ ਔਰ ਇਹ ਕਰਦੇ ਹਾਂ ਵਿੰਡੋ ਬੰਦ। ਕਮਰੇ ਦੀ ਸੈਟਿੰਗ ਹੋ ਗਈ ਉਸ ਤੋਂ ਬਾਅਦ ਨਾ ਡੈਕੋਰੇਸ਼ਨ ਚੱਲ ਰਹੀ ਹੈ ਕਮਰੇ ਦੀ। ਅਜਤਲ ਕੁਰਸੀ ਮੈਂ ਉਹ ਸਾਹਮਣੇ ਲਾਈ ਆ ਕਾਫੀ ਪਿਆਰੀ ਮਾਸ਼ਾਅੱਲਾ ਲੱਗ ਰਹੀ ਆ ਇੱਥੋਂ ਨਾ ਬੜੀ ਹੀ ਖੂਬਸੂਰਤ ਮਾਸ਼ਾਅੱਲਾ ਦੇਖੋ ਨਾ। ਔਰ ਹੁਣ ਨਾ ਲਾਉਣ ਲੱਗਿਆ ਸੀ ਮੈਂ ਨਾ ਟਾਈਮ ਪੀਸ ਦੀ ਸਮਝ ਲੱਗਦੀ ਸੀ ਮੈਨੂੰ 10-15 ਮਿੰਟ ਹੋ ਗਏ ਮੈਂ ਸੋਚ ਰਿਹਾ ਅੱਗੇ ਮੈਂ ਉੱਥੇ ਕਿੱਲ ਲਾਇਆ ਸੀ ਕਿੱਲ ਉੱਤੋਂ ਫਿਰ ਮੈਂ ਪੱਟ ਲਿਆ। ਇਹ ਦੇਖੋ ਉੱਥੇ ਦਾਗ ਵੀ ਬਣ ਗਿਆ ਕਿੱਲ ਦਾ ਉਹ ਸਾਹਮਣੇ ਇੱਥੇ ਮੈਂ ਕਿੱਲ ਲਾਇਆ ਅੱਗੇ ਲੇਕਿਨ ਮੇਰਾ ਉੱਥੇ ਨਾ ਜ਼ਹਿਨ ਮੁਤਮਿਨ ਨਹੀਂ ਹੋਇਆ ਉੱਥੇ ਮੈਂ ਨਾ ਅਜੀਬ ਲੱਗੇਗੀ ਫਿਰ ਉੱਥੇ ਟਾਈਮ ਪੀਸ ਨਹੀਂ ਲਾ ਰਿਹਾ। ਹੁਣ ਮੈਂ ਹੋਰ ਕੁਝ ਜਗ੍ਹਾ ਲੱਭ ਰਿਹਾ ਮੈਂ ਕਿੱਥੇ ਟਾਈਮ ਪੀਸ ਲਾਵਾਂ ਇੱਥੇ ਸਾਹਮਣੇ ਹੀ ਲਾ ਸਕਦਾ ਕਿਉਂਕਿ ਬੰਦਾ ਇਸ ਸਾਈਡ 'ਤੇ ਸੋਇਆ ਹੁੰਦਾ ਨਾ ਅਤੇ ਟਾਈਮ ਤਾਂ ਇੱਥੇ ਸਾਹਮਣੇ ਜਿਹੜਾ ਨਜ਼ਰ ਆਉਂਦਾ ਪਿੱਛੇ ਤੂੰ ਤੇਈ ਕਰਕੇ ਗਰਦਨ ਜਿਹੜੀਆਂ ਨਾ ਐਂ ਕਰਕੇ ਕਰਦਾ ਕੋਈ ਸਾਹਮਣੇ ਉਹ ਤਾਂ ਬੰਦਾ ਦੇਖ ਲੈਂਦਾ। ਹੁਣ ਮੈਂ ਸੋਚ ਰਿਹਾ ਸੀ ਕਿ ਤਾਂ ਦਰਵਾਜ਼ੇ ਉੱਪਰ ਵਾਲੀ ਸਾਈਡ 'ਤੇ ਟਾਈਮ ਪੀਸ ਲਾ ਦੇਈਏ ਔਰ ਕਿ ਵਿੰਡੋ ਦੀ ਉੱਪਰੀ ਵਾਲੀ ਸਾਈਡ 'ਤੇ ਲਾ ਦੇਈਏ ਬਸ ਇੱਕ ਓਪਸ਼ਨ ਹੈ ਜਾਂ ਫਿਰ ਵਿੰਡੋ ਦੀ ਉੱਪਰ ਵਾਲੀ ਸਾਈਡ 'ਤੇ ਹੀ ਲਾ ਦਿੰਦੇ ਹਾਂ। ਔਰ ਮੈਂ ਹੁਣ ਜਿੰਨੀ ਦੇਰ ਤੁਹਾਡਾ ਕਮੈਂਟ ਆਵੇਗਾ ਉਹ ਨਾ ਹੋਵੇ ਕਿ ਤੁਸੀਂ ਕਹੋ ਕਿ ਇੱਧਰ ਲਾਓ ਤਾਂ ਫਿਰ ਪੱਟਣੀ ਪੈਗੀ ਮੈਨੂੰ ਦੁਬਾਰਾ ਜਿਹੜਾ ਹੈਗਾ ਨਾ। ਲੇਕਿਨ ਇੱਥੇ ਮੇਰੇ ਖਿਆਲ ਦੇ ਵਿੱਚ ਨਾ ਬੈਸਟ ਰਹੇਗੀ ਉੱਥੇ ਥੱਲੇ ਨੀਵੀਂ ਕਿਸੇ ਪਾਸੇ ਲਾਈ ਨਾ ਬੱਚਿਆਂ ਨੇ ਵੈਸੇ ਵੀ ਤੋੜ ਪਾਉਣ ਦੇਣੀ ਪੱਟ ਦੇਵਣਗੇ ਉੱਚਾ ਹੀ ਕਿਸੇ ਪਾਸੇ ਲਾਉਣਾ ਪੈਣਾ। ਪਹਿਲੇ ਮੈਂ ਲਾਊ ਸੀ ਇਸ ਜਗ੍ਹਾ 'ਤੇ ਲੇਕਿਨ ਇਹ ਥੱਲੇ ਹੋਣਾ ਅਤੇ ਬੱਚਿਆਂ ਰੇੜ ਕੇ ਥੱਲੇ ਕਰਕੇ ਨਾ ਪੱਟ ਤੁੱਟ ਕੇ ਪਾਸੇ ਰੱਖ ਦੇਣਾ ਬੱਚਿਆਂ ਨੇ ਇਸੇ ਕਰਕੇ ਨਾ ਉੱਚਾ ਲਾਉਂਦੇ ਹਾਂ ਉਹ ਬਲਬ ਦੇ ਥੱਲੇ ਕਰਕੇ ਟਾਈਮ ਪੀਸ ਨੂੰ ਟਾਈਮ ਪੀਸ 'ਤੇ ਸੇਲ ਵਗੈਰਾ ਵੀ ਪਾਉਣ ਵਾਲਾ ਔਰ ਇਹਦੇ ਇਹ ਦੇਖੋ ਨੰਬਰ ਵਗੈਰਾ ਵੀ ਹੈਗੇ ਲੇਕਿਨ ਇਹਦੇ ਨੰਬਰ ਨਾ ਕਾਫੀ ਗੁੰਮ ਹੋਏ ਪਏ ਨੇ ਉਹ ਥੋੜ੍ਹੇ ਬਹੁਤੇ ਨੰਬਰ ਹੈਗੇ ਨੇ ਔਰ ਕੁਛ ਥੋੜ੍ਹੇ ਬਹੁਤੇ ਨੰਬਰ ਨਹੀਂ ਵੀ ਹੈਗੇ। ਡੈਕੋਰੇਸ਼ਨ ਵਾਲਾ ਪਲਾਨ ਜਿਹੜਾ ਹੈਗਾ ਨਾ ਕੈਂਸਲ ਕਰਨਾ ਪੈ ਗਿਆ ਕਿਉਂਕਿ ਅੱਜ ਤੱਕ ਕੁਰਸੀ ਲੱਗ ਗਈ ਆ ਸਹੀ ਐਲਾ ਇੱਥੋਂ ਤਾਂ ਨਤਰ ਸਹੀ ਆ ਰਿਹਾ ਲੇਕਿਨ ਅਸਲ 'ਚ ਨਾ ਮਸਲਾ ਪਤਾ ਕਿ ਇੱਕ ਤਾਂ ਮੈਂ ਅੱਗੇ ਪਿੱਛੇ ਲਾ ਬੈਠਾ ਦੂਸਰੀ ਗੱਲ ਇਹ ਹੈ ਕਿ ਇਹਦੇ ਜਿਹੜੇ ਪੂਰੇ ਸਪੈਲਿੰਗ ਹੈਗੇ ਨਾ ਪੂਰੇ ਸਪੈਲਿੰਗ ਨਹੀਂ ਹੈਗੇ ਸਪੈਲਿੰਗ ਵਿੱਚੋਂ ਕਾਫੀ ਜ਼ਿਆਦਾ ਮਿਸ ਨੇ। ਇੱਕ ਨੰਬਰ ਕੋਈ ਨਹੀਂ ਆ 7 ਨੰਬਰ ਵੀ ਕੋਈ ਨਹੀਂ ਆ 1 ਨੰਬਰ ਵੀ ਕੋਈ ਨਹੀਂ ਆ 8 ਨੰਬਰ ਵੀ ਕੋਈ ਨਹੀਂ ਮਸਲਾਂ ਕੋਈ 4-5 ਨਾ ਸਪੈਲਿੰਗ ਵਿੱਚੋਂ ਨਾ ਡਿੱਗ ਗਏ ਨੇ ਕਿਉਂਕਿ 2 ਸਾਲ ਦੇ ਪੈ ਰਹਿਣਾ ਅਤੇ ਵਿੱਚੋਂ ਕੋਈ ਨਾ ਮਿਸਿੰਗ ਹੋ ਗਈ ਹੈ ਕਾਫੀ ਸਾਰੀ ਚੀਜ਼ਾਂ ਨਾ ਕੰਮ ਨੇ। ਠੀਕ ਆ ਇਸੇ ਕਰਕੇ ਨਾ ਇਹ ਵਾਲਾ ਪਲਾਨ ਕੈਂਸਲ ਕਰਨੇ ਆ ਅਗਲਾ ਹੀ ਪੱਟ ਦਿਆਂਗੇ ਬਲਕਿ ਲਾ ਦਿਆਂਗੇ ਇਵੇਂ ਡੈਕੋਰੇਸ਼ਨ ਪੀਸ ਦੇ ਤੌਰ 'ਤੇ ਜਿਵੇਂ ਉਹ ਪੱਠੇ ਸਿੱਧੇ ਨਾਲ ਲਾ ਦਿਆਂਗੇ ਇੱਕ ਵਾਰੀ ਲੇਕਿਨ ਨਾ ਵਰਕ ਨਹੀਂ ਕਰੇਗਾ ਇੱਕ ਵਾਰੀ ਕੰਮ ਨਹੀਂ ਕਰੇਗਾ ਨਵਾਂ ਹੀ ਲਿਆ ਕੇ ਲਾਵਾਂਗੇ ਕੋਈ ਔਰ ਕਿਸੇ ਕਿਸਮ ਦਾ ਇਨਸ਼ਾਅੱਲਾ ਇਸ ਜਗ੍ਹਾ 'ਤੇ। ਇੱਥੇ ਵੱਢ ਕੇ ਆ ਗਏ ਸੀ ਅਲਹਮਦੁਲਿਲਾ ਔਰ ਬੇਗਮ ਸਾਹਿਬਾ ਜਿਹੜਾ ਹੈਗਾ ਨਾ ਮੱਝ ਵਗੈਰਾ ਚੋ ਰਹੀ ਆ ਔਰ ਸ਼ੌਕੀ ਜਿਹੜਾ ਹੈਗਾ ਨਾ ਖਾ ਰਿਹਾ ਪੱਠੇ। ਔਰ ਨਾ ਅੱਜ ਮੈਂ ਇੱਕ ਰਾਜ਼ ਦੀ ਤੁਹਾਨੂੰ ਗੱਲ ਦੱਸਾਂ ਦੱਸ ਦੇਵਾਂ ਚਲੋ ਠੀਕ ਬੇਗਮ ਸਾਹਿਬਾ ਇਜਾਜ਼ਤ ਦੇਤੀ ਕਿ ਰਾਜ਼ ਦੀ ਗੱਲ ਇਹ ਕਿ ਅੱਜ ਬੇਗਮ ਸਾਹਿਬਾ ਨੂੰ ਲਾਲਚ ਦਿੱਤਾ ਸੀ ਕਿ ਰੋਟੀਆਂ ਜਿਹੜੀਆਂ ਨੇ ਮੈਂ ਹੋਟਲ ਤੋਂ ਲੈ ਆਵਾਂਗਾ ਮੈਨੂੰ ਨਾ ਸਫਾਈ ਕਰਵਾ ਤਾਂ
ਸਫਾਈ ਕਰਾਈਏ ਅੱਜ ਮੈਨੂੰ ਹੁਣ ਹੋਟਲ ਤੋਂ ਜਾ ਕੇ ਰੋਟੀਆਂ ਲੈ ਕੇ ਆਣੀਆਂ ਪੈਣੀਆਂ ਨੇ ਸ਼ਰਦ ਦੇ ਆਹ ਵੇ ਆਹ ਵੇ ਮਾਰੀ ਜਾਂਦੇ ਉਹਨੂੰ ਘੱਟੇ ਨੂੰ ਨਾ ਨਾ ਮਾਰੋ ਨਾ ਸ਼ੌਕੀ ਨੂੰ ਆਈ ਹੋ ਜਾਸੀ ਚੱਲ ਨਾ ਚ ਇਹ ਕਹਿੰਦੇ ਜੱਗਾ ਲਾਇਆ ਹੋਇਆ ਇਹਨੂੰ ਨਾ ਦਾਣੇ ਨਿਕਲੇ ਖੜੇ ਗਰਮੀ ਦਾਣੇ ਤੇ ਇਸ ਕਰਕੇ ਜਿਹੜਾ ਹੈਗਾ ਨਾ ਜੱਗਾ ਨੀ ਪਾਇਆ ਹੋਇਆ ਜੀ ਅੱਜ ਦਾ ਵਲਾਗ ਵੀ ਖਤਮ ਕਰਨਾ ਕਿਉਂਕਿ ਹੁਣ ਮੈਂ ਸ਼ਹਿਰ ਚਲਿਆ ਜਾਣਾ ਬਲਕਿ ਇਹਨਾਂ ਨੂੰ ਲਾ ਕੇ ਜਾਂਦੇ ਹਾਂ ਪਸੀਨਾ ਪੂਰਾ ਕੱਪੜੇ ਗਿੱਲੇ ਨੇ ਕੱਪੜੇ ਕਿਸੇ ਦਿਨ ਕੱਪੜੇ ਕਹਿ ਰਹੇ ਪੱਠੇ ਵਗੈਰਾ ਵੱਢ ਕੇ ਲੈ ਕੇ ਆਇਆ ਅਤੇ ਕੱਪੜੇ ਸਾਰੇ ਗਿੱਲੇ ਹੋ ਗਏ ਨੇ ਪਸੀਨੇ ਨਾਲ ਪਹਿਲੇ ਨਹਾਉਂਦੇ ਹਾਂ ਨਹਾ ਧੋ ਕੇ ਫਰੈਸ਼ ਹੋ ਕੇ ਫਿਰ ਚੱਲਦੇ ਹਾਂ ਹੋਟਲ 'ਤੇ ਆਪਣੀ ਉਹ ਕਿਸੇ ਦਿਨ ਵਾਅਦੇ ਦੇ ਮੁਤਾਬਿਕ ਲੈ ਕੇ ਆਉਂਦੇ ਹਾਂ ਜੀ ਹੋਟਲ ਤੋਂ ਰੋਟੀ ਸਾਲਣ ਅੱਜ ਇੱਕ ਵਾਰੀ ਤਾਂ ਜ਼ਬਰਦਸਤ ਹੋ ਗਿਆ ਬੱਚਿਆਂ ਤੋਂ ਬੱਚਿਆ ਰਿਹਾ ਨਾ ਅਤੇ ਫਿਰ ਜਿਹੜਾ ਹੈਗਾ ਨਾ ਖਰਾਬ ਨਹੀਂ ਹੋਣ ਦਿੰਦੇ ਬਾਕੀ ਬੇਗਮ ਸਾਹਿਬਾਂ ਵੀ ਕਾਫੀ ਜ਼ਿਆਦਾ ਕੰਮ ਵਗੈਰਾ ਕਰਦੀ ਆ ਅਲਹਮਦੁਲਿਲਾ ਸਮਝ ਲਓ ਕਿ ਪੱਠੇ ਵਗੈਰੇ ਰਲ ਕੇ ਵੱਢ ਕੇ ਦਿੰਦੇ ਆ ਸੁਬਹ ਦੇ ਟਾਈਮ ਉਹ ਕਦੇ ਕਦੇ ਅਬਦੁਲ ਰਹਿਮਾਨ ਅਤੇ ਦੋਨੋਂ ਇਕੱਲੇ ਹੀ ਸਮਝ ਲਓ ਕਿ ਚਲੇ ਜਾਂਦੇ ਨੇ ਪੱਠੇ ਪਾਉਂਦੀ ਵੀ ਆ ਦੁੱਧ ਵਗੈਰਾ ਵੀ ਜਿਹੜਾ ਕਰਦੀ ਆ ਮਤਲਬ ਕਦੇ ਨਵਾਰ ਨੂੰ ਅਸੀਂ ਰਲ ਕੇ ਦਿੰਦੇ ਹਾਂ ਕਦੇ ਇਕੱਲਾ ਨਵਾਰ ਲੈਂਦੀ ਮੈਂ ਤੁਹਾਨੂੰ ਸਾਰਾ ਨਾ ਘਰ ਦਾ ਰਲ ਮਿਲ ਕੇ ਕੰਮ ਜਿਹੜਾ ਸੰਭਾਲਿਆ ਮੋਟੂ ਪਤਲੂ ਦੇ ਕੰਮ 'ਚ ਕੋਈ ਆਮ ਬੋਲਦਾ ਨਾ ਉਸੇ ਟਾਈਮ ਜਿਹੜਾ ਹੈਗਾ ਨਾ ਬੋਲਣ ਲੱਗ ਜਾਂਦੇ ਨਾਲ ਦੇ ਨਾਲ ਹੀ ਬਾਕੀ ਚੱਲਦੇ ਹਾਂ ਜੀ ਚੱਲ ਕੇ ਇੱਕ ਰੋਟੀ ਪਾਣੀ ਜਿਹੜਾ ਲੈ ਕੇ ਬਾਕੀ ਕੰਮ ਕਾਫੀ ਸਾਰਾ ਸੀ ਇਸੇ ਕਰਕੇ ਮੈਂ ਵੀ ਸੋਚਿਆ ਹੋਟਲ ਤੋਂ ਲੈ ਲਵਾਂਗੇ ਹੁਣ ਤੱਕ ਪੱਠੇ ਵਾੜ ਕੇ ਹੁਣ ਲੈ ਸ਼ਾਮ ਹੋ ਗਈ ਆ ਔਰ ਉੱਪਰੋਂ ਵੀ ਸਫਾਈ ਕੀਤੀ ਆ ਅਤੇ ਬਾਕੀ ਵੀ ਕਾਫੀ ਸਾਰਾ ਮਤਲਬ ਕੱਪੜੇ ਵਗੈਰਾ ਕੁੰਜੇ ਇਹ ਸਮਾਨ ਵਗੈਰਾ ਚੱਕ ਕੇ ਅੰਦਰ ਰੱਖਿਆ ਅਤੇ ਕਾਫੀ ਜ਼ਿਆਦਾ ਸਮਝ ਲਓ ਕਿ ਥਕਾਵਟ ਹੀ ਹੋ ਗਈ ਇਸੇ ਕਰਕੇ ਮੈਂ ਵੀ ਸੋਚਿਆ ਖਾਲੀ ਬੇਗਮ ਸਾਹਿਬਾਂ ਨੇ ਸੋਚਿਆ ਸੀ ਕਿ ਹੋਟਲ ਤੋਂ ਲੈ ਕੇ ਆਈਏ ਮੈਂ ਵੀ ਸੋਚਿਆ ਹੋਟਲ ਤੋਂ ਲੈ ਆਵਾਂਗੇ